ਦੇਖੋ ਜੀ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਜੀ, ਰੋ ਰਹੇ ਤੜਫ ਰਹੇ ਜੀ, ਭਾਈ ਦਾ ਬੁਰਾ ਹਾਲ ਹੋ ਰਿਹਾ ਜੀ ਸਾਡਾ, ਤਾਂ ਦੇਖ ਲਓ ਜੀ ਮਾਰਦੇ ਪੱਟਦੇ ਅਸੀਂ ਤਾਂ, ਸਾਡੇ ਤਾਂ ਬੁਰਾ ਹਾਲ ਕਰਤਾ ਜੀ ਬਈ, ਸਾਡੇ ਤਾਂ ਸਾਰੇ ਛੱਪੜ ਪੱਟਤੇ ਵੀਰੇ, ਸਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ, ਨਿੱਕੇ ਨਿੱਕੇ ਬੱਚੇ ਤੜਫਦੇ ਫਿਰਦੇ ਆ, ਨਾ ਪਾਣੀ ਨਾ ਰੋਟੀ ਨਾ ਸਵੇਰ ਦੇ, ਮੋਟਰ ਤੀ ਪੰਚਾਇਤੀ ਮੈਂ ਉੱਥੇ ਸਰਪੰਚਾਂ ਨਾਲ ਲਵਾਈ ਹੋਈ, ਉਹ ਵੀ ਪੱਟ ਕੇ ਲੈ ਗਏ, ਪਾਣੀ ਪੈ ਗਏ, ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ, ਕੀ ਬੁਰਾ ਕਰਿਆ ਹੈਗਾ ਸਾਡੇ ਨਾਲ, ਸਵੇਰ ਦੇ ਸਾਨੂੰ ਤਾਂ ਮਾਰ ਰੱਖੇ ਹੈਗੇ। ਕਿੱਥੇ ਰਹਿੰਦੇ ਤੁਸੀਂ? ਹਾਂ ਇੱਥੇ ਬੈਠੇ ਆ ਮੰਡੀ ਦੇ ਸਹਾਰੇ, ਟੋਬੇ ਚ ਪਰਸ ਪਾ ਕੇ ਬਿਠਾਏ ਸਾਨੂੰ। ਹਾਂ ਮਿੱਟੀ ਸਿਖਾ ਕੇ ਦਿੱਤੀ ਸੀ ਪਹਿਲਾਂ, ਕਹਿੰਦੇ ਬੈਠੇ ਰਹੋ ਤੁਸੀਂ, ਪਹਿਲਾਂ ਸਾਨੂੰ ਪਹਿਲਾਂ ਮਿੱਟੀ ਫਿਰ ਪਵਾਤੀ, ਫਿਰ ਸਾਡੀ ਵੋਟਾਂ ਵੀ ਬਣਾਤੀਆਂ ਜੀ, ਹੁਣ ਸਾਡੇ ਕੋਲ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ, ਵੀ ਸਾਡਾ ਬਹੁਤ ਬਹੁਤ ਬੁਰਾ ਹਾਲ ਹੋ ਰਿਹਾ, ਅਸੀਂ ਤਾਂ ਮਰ ਰਹੇ ਹੈਗੇ। ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿਤੇ? ਕਿਤੇ ਨਹੀਂ ਦਿੱਤੀ ਹੈਗੀ, ਕਿਤੇ ਨਹੀਂ ਬਿਠਾ ਰਹੇ ਹੈਗੇ, ਜਿੱਥੇ ਪੈਂਦੇ ਸ਼ੂਏ ਤੇ ਬਿਠਾਵਾਂਗੇ, ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ। ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ? ਪੰਚਾਇਤੀ ਜ਼ਮੀਨ ਸੀ ਉਹ? ਹਾਂ ਪੰਚਾਇਤੀ ਜੀ, ਟੋਬੇ ਚ ਮਰਤ ਪਾਇਆ ਸੀ, ਪੰਚਾਇਤੀ ਜ਼ਮੀਨ ਸੀਗੀ ਜੀ, ਪੰਚਾਇਤੀ ਸੀਗੀ ਜੀ, ਸਾਨੂੰ ਕਹਿ ਕੇ ਪਰਸ ਪਵਾਇਆ ਸੀ, ਵਿਆਜ ਤੇ ਪੈਸੇ ਚੱਕ ਕੇ ਪਰਸ ਪਵਾਇਆ ਜੀ। ਠੀਕ ਆ, ਹੁਣ ਤੁਹਾਨੂੰ ਕੀ ਕਹਿ ਕੇ ਉੱਥੋਂ ਉਠਾਇਆ ਗਿਆ ਤੁਹਾਨੂੰ? ਸਾਨੂੰ ਕੁਛ ਨਹੀਂ ਕਿਹਾ, ਕਹਿੰਦੇ ਉੱਠ ਜਾਓ, ਇੱਕ ਦਿਨ ਸਾਡੇ ਤੇ ਹਮਲਾ ਕਰਤਾ, ਇੱਕ ਦਿਨ ਚਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੱਡਤੀਆਂ ਜੀ ਸਰਪੰਚਾਂ ਨੇ। ਹਾਂ ਸੋ ਰੋਜ਼ ਸਾਡੇ ਤੇ ਅਸੀਂ ਕਹਿੰਦੇ ਵੀ ਸਾਨੂੰ ਠਿਕਾਣਾ ਦੇ ਦਿਓ, ਹੋਰ ਕੋਈ ਮੰਗੇ ਨਹੀਂ ਸਾਨੂੰ ਚਾਹੀਦੀ, ਸਾਡਾ ਹੀਲਾ ਕਰ ਦੋ ਬਿਠਾਉਣ ਦਾ, ਬੱਚੇ ਸਾਡੇ ਰੁਲਦੇ ਫਿਰਦੇ ਆ, ਪੌਦਾ ਮਹੀਨਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ, ਤੁਹਾਡੇ ਪੈਰਾਂ ਵਰਗੇ ਆ। ਅਸੀਂ ਪੱਟੀਆਂ ਕਲਾਂ 'ਚ ਰਹਿ ਰਹੇ ਹਾਂ, ਕਾਫੀ ਸਮੇਂ ਤੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਰੇ ਜਦ ਹੀ ਰਹਿ ਰਹੇ ਹਾਂ, ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਉਰੋਂ, ਉੱਥੇ ਠਾਲ ਕੇ ਮੰਦਰ ਬਣਾ ਰਹੇ ਨੇ। ਕਿੱਥੇ ਰਹਿ ਰਹੇ ਸੀ ਤੁਸੀਂ ਪੱਟੀ ਵਾਲੇ ਕਲਾਂ ਦੇ ਵਿੱਚ? ਕਿੱਥੇ ਪੱਟੀ ਵਾਲੇ ਕਲਾਂ ਦੇ ਵਿੱਚ? ਅਸੀਂ ਅਨਾਜ ਮੰਡੀ ਦਾ, ਅਨਾਜ ਮੰਡੀ ਦੇ ਲਵੇ ਜਗ੍ਹਾ ਹੈ ਚਾਮਲਾਟ ਪੰਚਾਇਤੀ, ਉੱਥੇ ਰਹਿ ਰਹੇ ਹਾਂ ਟੋਬਾ। ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ, ਕੀ ਦਲੀਲ ਕੀ ਦਿੱਤੀ ਉਹਨਾਂ ਨੇ? ਉਹ ਤਾਂ ਬਸ ਇੱਦਾਂ ਹੀ ਕਹਿੰਦੇ ਨੇ ਬਈ ਹੁਣ ਤੁਸੀਂ ਉੱਠ ਜਾਓ ਉਰੋਂ, ਬਈ ਅਸੀਂ ਮੰਦਰ ਬਣਾਉਣਾ, ਹੁਣ ਸਾਡਾ ਸਮਾਨ ਖੇਤਾਂ 'ਚ ਰੁਲ ਰਿਹਾ ਜੀ, ਛੋਟੇ ਛੋਟੇ ਬੱਚੇ ਆ ਜੀ ਰੁਲ ਰਹੇ ਨੇ ਸਾਡੇ, ਪਰੂਫ ਸਾਡੇ ਉਰੇ ਦੇ ਨੇ, ਅਸੀਂ ਬਸਤੀ ਪੱਟੀ ਵਾਲੇ ਕਲਾਂ ਦੇ ਹਾਂ, ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ, ਹਾਂ ਅਸੀਂ ਛੋਟੇ ਛੋਟੇ ਹੁੰਦੇ ਦੇ ਉਰੇ ਪਲੇ ਹਾਂ, ਉਰੇ ਜੰਮੇ ਹਾਂ ਜੀ ਅਸੀਂ। ਕੋਈ ਸਮਾਂ ਨਹੀਂ ਦਿੱਤਾ ਜੀ, ਦੋ ਚਾਰ ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ, ਕੋਈ ਸਮਾਂ ਨਹੀਂ ਦਿੱਤਾ, ਉਦੋਂ ਬਾਅਦ ਪੱਟ ਕੇ ਸਮਾਨ ਸਾਡਾ ਬਾਹਰ ਮਾਰਿਆ ਜਾਣਾ। ਪਿੰਡ ਦੇ ਵਾਸੀਓ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਦੇ ਲਈ? ਕੋਈ ਪਤਾ ਨਹੀਂ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨੇ ਕੀ ਨਾ, ਬਈ ਕੀ ਬਣੂਗਾ, ਠੀਕ ਹੈ ਨਾ, ਸਾਨੂੰ ਮਤਲਬ ਕਿ ਧੱਕੇ ਸਾਈ ਕੀਤੀ ਹੈ ਉਹਨਾਂ ਨੇ। ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਉਹਦੀ? ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ, ਉਦੋਂ ਵੀ ਵਿਰੋਧ ਕਰਨ ਲੱਗ ਗਏ, ਜਵਾਬ ਦਿੱਤਾ ਸਾਨੂੰ ਉਹਨਾਂ ਨੇ ਸਰਪੰਚ ਸਾਹਿਬ ਨੇ, ਹੁਣ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ, ਛੋਟੇ ਛੋਟੇ ਸਾਡੇ ਬੱਚੇ ਆ ਜੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜੀ ਸਾਡੇ, ਹੁਣ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ। ਮੈਂ ਕਹਿੰਦਾ ਜੀ ਅੱਜ ਮੇਰੀ ਭਰਜਾਈ ਗੁਜ਼ਰ ਗਈ ਤੀ ਉੱਥੇ ਫੁੱਲ 'ਤੇ, ਉਹਦੇ ਫੁੱਲਾਂ ਵੇਲੇ ਜਦ ਉੱਥੇ ਫੁੱਲ ਚੁਗਣ ਗਏ, ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਦੇ ਘਰ ਨੂੰ ਆਪਦੇ ਘਰੇ ਲੈ ਗਿਆ, ਖਾਨੀ ਕਿਸੇ ਨੂੰ ਹੋਰ ਨੂੰ ਫੜਾ ਤੀ, ਸਾਨੂੰ ਇਹ ਤਾਂ ਨਹੀਂ ਪਤਾ, ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ, ਜੇ ਮੈਂ ਇਹਦੇ ਥਾਣੇਦਾਰ ਸਾਹਿਬ ਨੂੰ ਕਿਹਾ, ਉੱਥੇ ਮੈਂ ਗਿਆ ਘਰ, ਪੁਲਿਸ ਵਾਲੇ ਵੀ ਉੱਥੇ ਖੜ੍ਹੇ ਤੇ, ਮੈਂ ਉੱਥੇ ਕਿਹਾ ਵੀ ਦਰਸ਼ਨਾ ਅੱਜ ਸਾਡੇ ਘੁਮਾਰਾਂ ਨਾਲੇ ਜ਼ੁਲਮ ਕਰ ਰਹੇ ਹੋ ਤੁਸੀਂ, ਮੋਟਰ ਕੱਢ ਲਈ ਉੱਥੇ, ਹੈਂ ਕੋਈ ਇਹਦਾ ਕੋਈ ਬਾਲੀਵਾਰ ਸੀ ਨਹੀਂ ਪਿੰਡ ਦਾ, ਤੁਸੀਂ ਅੱਧਾ ਪਿੰਡ ਖੱਖੜੀਆਂ ਕਰੇਲੇ ਕਰਤਾ, ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ, ਪਰਚਾ ਕਰਾ ਦੇ ਸਾਡੇ ਤੇ, ਜਿਹੜੀ ਅਰਜ਼ੀਆਂ ਦੇਣੀਆਂ ਨੇ ਦੇ। ਮੈਂ ਇਸ ਗੱਲ ਕਰਕੇ ਦੁਬਾਰੇ ਫਿਰ ਕਿਹਾ ਥਾਣੇਦਾਰ ਸਾਹਿਬ, ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਇੰਨਾ, ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ, ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ, ਮੇਰੇ ਨਾਲ ਕਾਹਦਾ ਰੋਸਾ ਸੀ ਉਹਦਾ, ਹੈਂ ਉਹਨੇ ਸਾਡੇ ਗਰੀਬਾਂ 'ਤੇ
ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ ਮੋੜ ਕੇ? ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ? ਉਹਦੇ ਸਰਪੰਚ ਦੇ ਬਾਹਰ ਦੇ ਮੂਹਰੇ ਉੱਥੇ ਪੁਲਿਸ ਵਾਲੇ ਖੜੇ ਤੇ, ਗੱਡੀ ਖੜੀ ਤੇ ਉੱਥੇ ਪੁਲਿਸ ਦੀ, ਉੱਥੇ ਦੋਏ ਬਾਪ ਉੱਤੇ ਇਹ ਤੇ ਦਰਸ਼ਨ ਤੇ ਉਹ ਚੈਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹਿ ਰਿਹਾ ਸੀ ਤੇ ਉਹਨਾਂ ਨੇ ਤੁਸੀਂ ਕਿਵੇਂ ਦੇਖ ਦੋ ਪਿੰਡ? ਮੈਂ ਆਪ ਦੇਖੇ ਨੇ ਜੀ ਠਾਇਆ ਤੇ, ਉਹ ਪਾਣੀ ਆ ਗਿਆ, ਉਹ ਵਿਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ, ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ, ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਇਆ ਸੀ। ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ, ਕਹਿੰਦਾ ਉਹ ਜਾਲੀ ਚੱਲਦੀ ਸੀ। ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ, ਫੜੀ ਨਹੀਂ ਗਈ, ਹੁਣ ਫੜੀ ਜਾਂਦੀ ਅੱਜ ਘੁਮਾਰਾਂ ਦੇ ਬਾਜੀ ਨੂੰ। ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਮੋਟਰ ਪੱਟੀ ਹੈ? ਹਾਂਜੀ ਹਾਂ ਹਾਂ, ਇਹਨਾਂ ਰੋਸਾ ਤਾਂ ਬਾਗੜੀਆਂ ਨਾਲ ਹੋਊਗਾ, ਸਾਡੇ ਨਾਲ ਕਾਹਦਾ ਰੋਸਾ ਸੀ ਇਹਨਾਂ ਦਾ? ਇਹ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ? ਕਿਉਂ ਲੋਕਾਂ ਨੂੰ ਪਾੜ ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਆਲ ਨੂੰ? ਸਾਡੇ ਤਾਂ ਇਸ ਗੱਲ ਹੋਈ ਹੋ ਨਹੀਂ ਕਦੇ, ਜਿਹੜੀ ਅੱਜ ਬਰਬਾਦ ਸਾਡਾ ਪੱਟੀਆਲ ਹੋ ਰਿਹਾ ਹੈ, ਕਾਹਦੇ ਬਾਰੇ ਹੋ ਰਿਹਾ ਇਹ? ਹੈਂ, ਇਹਨਾਂ ਸਿਆਸੀ ਬੰਦਿਆਂ ਨੇ ਸਾਡੀ ਪੱਟੀ ਮਿਸ ਕਰਤੀ ਸਾਡੇ ਪਿੰਡ ਦੀ। ਕੀ ਮੰਗ ਕਰਦੇ ਹੋ? ਅਸੀਂ ਐਂ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਇਨਸਾਫ਼ ਹੋਣਾ ਚਾਹੀਦਾ, ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦਾ, ਕਰਨਾ ਚਾਹੀਦਾ ਇਹਨੂੰ। ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਿਰ ਬਣਾਉਣ ਲੱਗ ਗਿਆ, ਕਿਤੇ ਕੁਛ ਬਣਾਉਣ ਲੱਗ ਗਿਆ। ਜੇ ਲੜਾਈ ਕਰਨੀ ਸੀ ਇਹ ਗਰੀਬਾਂ ਨਾਲ, ਆਪ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ। ਜਿਹੜਾ ਘਟਨਾਕ੍ਰਮ ਹੋਇਆ ਬਹੁਤ ਨਿੰਦਣਯੋਗ ਹੈ, ਬਹੁਤ ਘਟਨਾਕ੍ਰਮ ਇਹ ਬਹੁਤ ਗਲਤ ਹੋਇਆ। ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ, ਇੱਕ ਪਾਸੇ ਆਪਾਂ ਲੰਗਰ ਲਾਉਣ ਜਾ ਰਹੇ ਹਾਂ, ਬਹੁਤ ਪੁੰਨ ਦਾਨ ਕਰਦੇ ਹਾਂ, ਅਤੇ ਦੂਜੇ ਪਾਸੇ ਅੱਜ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ 'ਤੇ ਕਰਤੀ। ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਿਸ਼ ਜਾਂ ਕੋਈ ਗੱਲਬਾਤ ਸੀ ਉਹ ਬਾਅਦ 'ਚ ਕਰ ਲੈਂਦੇ, 2 ਮਹੀਨੇ ਠਹਿਰ ਕੇ ਕਰ ਲੈਂਦੇ, ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ। ਅੱਜ ਇਹਨਾਂ ਦੇ ਸਿਰ ਤੋਂ ਛੱਤ ਚੱਕੀ ਗਈ ਹੈ। ਅੱਜ ਛੋਟੇ ਛੋਟੇ ਬੱਚੇ, ਅੱਜ ਇੰਨੇ ਭਾਵਕਾਂ ਅਸੀਂ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਧਾ, ਬਹੁਤ ਇੰਨੇ ਭਾਵਕਾਂ ਕਿ ਆਪਦੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅੱਜ ਇਹਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸ ਤਾਂ ਜਿਹੜੀ ਹੈਗੀ ਇੱਕ ਸਾਈਡ ਹੈ, ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਅੱਜ ਇਨਸਾਨਾਂ 'ਤੇ ਇੰਨਾ ਜ਼ੁਲਮ ਕਰਨਾ, ਇੱਕ ਇਨਸਾਨ ਦੂਜੇ ਇਨਸਾਨ 'ਤੇ ਜ਼ੁਲਮ ਕਰ ਰਿਹਾ, ਇੱਕ ਪਾਸੇ ਆਪਾਂ ਪੁੰਨ ਕਰ ਰਹੇ ਹਾਂ, ਜੱਗ ਲਾ ਰਹੇ ਹਾਂ, ਲੰਗਰ ਚਲਾਉਣ ਦੀ ਕਰ ਰਹੇ ਹਾਂ, ਸ਼ਹੀਦੀ ਦਿਹਾੜਾ, ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ, ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਘੋਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਹੈ, ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ। ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਕਿਹਦੀ ਠੰਡ ਪੈ ਰਹੀ ਹੈ ਮੈਡਮ, ਇਹਨਾਂ ਦਾ ਜੇ ਘਰ ਜਾੜਿਆ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ? ਕੁਛ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ, ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਹ ਜਗ੍ਹਾ ਦੇ ਉੱਤੇ ਕੁਛ ਬਣਾਉਣਾ ਸੀ, ਇੱਕ ਟੋਭਾ ਰੋਕ ਕੇ ਸੱਥ ਦੀ ਜਗ੍ਹਾ ਉਹ ਇਹਨਾਂ, ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ, ਸਹਿਮਤੀ ਨਾਲ ਸਾਰਿਆਂ ਨੂੰ ਇਹ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ। ਚਲੋ ਇਹ ਵੀ ਬੈਠੇ ਨੇ ਗਰੀਬ, ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੇ ਕੁਛ ਹੋਰ ਬਣਾਉਣਾ, ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫਿਰ ਹੀ ਇਹਨਾਂ ਨੂੰ ਚੱਕਣਾ ਸੀ। ਪਰ ਮੈਂ ਇੱਕ ਗੱਲ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਣਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ, ਉਹਨੇ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੁਹਲਤ ਦੇ ਦਿਓ 5 ਦਿਨ ਦੀ 10 ਦਿਨ ਦੀ ਵੀ, ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫਿਰ ਹੀ ਚੱਕਿਆ ਜਾਵੇ। ਕੋਈ ਟਾਈਮ ਨਹੀਂ ਦਿੱਤਾ? ਕੋਈ ਟਾਈਮ, ਵੀਡੀਓ ਵੀ ਆ ਗਿਆ ਇੱਥੇ, ਪੁਲਿਸ ਪ੍ਰਸ਼ਾਸਨ ਵੀ ਆਇਆ, ਸਭ ਆਏ ਨੇ, ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ। ਅੱਜ ਚੱਕੇ ਇਹਨਾਂ ਦੀ ਪਿੰਡ ਦੀ ਵੋਟ ਬਣੀ ਹੈ, ਪਿੰਡ ਦੀ ਵੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ, ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ, ਮੇਰੇ ਮੈਰਿਜ ਹੋਈ ਨੂੰ, ਮੈਂ ਬਹੁਤ ਚਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ, ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਹਾਂ, ਇੱਥੇ ਇਹ ਬੱਚੇ ਜੰਮੇ ਪਲੇ ਨੇ, ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱਥੇ। ਇਹ ਤਾਂ ਸਮਾਨ ਇਹਨਾਂ ਦਾ ਕਰਤਾ ਬਾਰ, ਇਹਨਾਂ ਨੂੰ ਰਹਿਣ ਦਾ ਨਹੀਂ, ਇਹਨਾਂ ਦਾ ਕੋਈ ਰਹਿਣ ਦਾ ਜਗਾੜ ਨਹੀਂ। ਪ੍ਰਸ਼ਾਸਨ ਤੋਂ ਅਪੀਲ ਕਰਦੇ ਕਿ ਪ੍ਰਸ਼ਾਸਨ ਨੇ ਐਡੀ ਘਿਨਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ। ਜਦੋਂ SHO ਸਾਹਿਬ ਆਏ ਨੇ, BDO ਸਾਹਿਬ ਆਏ ਨੇ ਇੱਥੇ, ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲਾ ਕੀ ਹੋਊਗਾ, ਇੰਨੀ ਕੜਾਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ? ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ, ਸਰਪੰਚ ਸਾਹਿਬ ਜਵਾਰ ਨੇਗੇ ਜਿਸ ਕਰਕੇ ਤੁਹਾਡੇ ਨਾਲ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ,
ਜੋ ਵੀ ਤੁਸੀਂ ਹੈ ਗੱਲਬਾਤ ਦੱਸ ਸਕਦੇ ਹੋ। ਪੱਟੀਆਂ ਕਲਾ ਜਿਹੜਾ ਬਾਗੜੀ ਲਾਹੌਰ ਦੀ ਭਾਈਚਾਰਾ ਜਿਹੜਾ ਪੰਚਾਇਤ ਵਿੱਚੋਂ ਕੱਢਿਆ ਜਾ ਰਿਹਾ ਹੈ, ਮਸਲਾ ਇਹ ਜੀ ਬਾਗੜੀ ਪਹਿਲਾਂ ਕਪਿਆਲ ਪਿੰਡ ਰਹਿੰਦੇ ਸੀ, ਉਸ ਤੋਂ ਬਾਅਦ ਨਾਰਾਇਣਗੜ੍ਹ ਰਹਿੰਦੇ ਸੀ, ਨਾਲ ਹੀ ਪਿੰਡ ਹੈਗਾ, ਅਤੇ ਇਹਨਾਂ ਦਾ ਕੰਮ ਕੀ ਸੀ, ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡ ਦੇ ਵਿੱਚ ਛੱਡ ਦਿੰਦੇ ਸੀ, ਅਤੇ ਉਸ ਤੋਂ ਬਾਅਦ ਉੱਥੋਂ ਚਲੋ ਨਾਰਾਇਣਗੜ੍ਹ ਦੇ ਲੋਕਾਂ ਨੇ ਇਹਨਾਂ ਨੂੰ ਕੱਢਤਾ, ਅਤੇ ਸਾਡਾ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ, ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ, ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ 'ਚ ਕਹਿੰਦੇ ਵੀ ਸਾਡੇ ਉੱਪਰ ਕਰਜ਼ਾ ਪੈਂਦਾ, ਅਸੀਂ ਇਹਨਾਂ ਨੂੰ ਦੋ ਤਿੰਨ ਸਮੇਂ ਜਗ੍ਹਾ ਦਿਖਾਈ, ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ, ਉਰੀ ਰਹਿਣਾ, ਅਸੀਂ ਕਿਹਾ ਚਲੋ ਠੀਕ ਹੈ। ਹੁਣ ਮੈਟਰ ਕੀ ਸੀ, ਇੱਕ ਉੱਥੇ ਧਰਮਸ਼ਾਲਾ ਪਾਉਂਦੀ ਸੀ, ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ, ਇਹਨਾਂ ਨੂੰ ਇਹ ਕਹਿ ਦੀ ਵੀ 2 ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ, ਅਤੇ ਇਹਨਾਂ ਦੀ ਜਿਹੜੀ ਜਗ੍ਹਾ ਮਿਣਤੀ ਦੇ ਵਿੱਚ ਪੂਰੀ ਹੋ ਜੂ, ਪਰ ਇਹ ਥੋੜ੍ਹੇ ਜਿਹੇ ਦੂਜੇ ਧੜੇ ਦੇ ਹੱਥ ਦੇ ਚੜ੍ਹ ਕੇ, ਐਂਟੀ ਪਾਰਟੀਆਂ ਦੇ ਚੜ੍ਹ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗ ਗਏ, ਲੋਕਾਂ ਕੋਲ ਉਹਨਾਂ ਨੂੰ ਮਤਲਬ ਕਿ ਉਲਟੀਆਂ ਗੱਲਾਂ ਕਰਨੀਆਂ। ਫਿਰ ਕੁਛ ਪਿੰਡ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿਹੜੇ ਵੱਲ, ਰਮਦਾਸੀਆ ਭਾਈਚਾਰੇ ਦੀ ਉੱਧਰ ਜਗ੍ਹਾ ਗਈ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ, ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ, ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ, ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤਾਂ ਉਰੀ ਆਉਣਾ ਹੈਗਾ, ਉਰੀ ਸੰਸਕਾਰ ਕਰਨਾ, ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਵੈਰ ਵਿਰੋਧ ਹੈ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ, ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ, ਉੱਥੇ ਥੋੜ੍ਹਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ, ਅਤੇ ਇਹ ਬਸ ਥੋੜ੍ਹਾ ਜਿਹਾ ਮੈਟਰ ਹੈ, ਹੋਰ ਕਿਸੇ ਨੇ ਇਹਨਾਂ ਨੂੰ ਕੋਈ ਠਾਲਣ ਵਾਸਤੇ ਨਹੀਂ ਕਿਹਾ। ਅਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵਿਹੜੇ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜ੍ਹੀ ਜਿਹੀ ਤੂੰ ਮੈਂ ਹੋ ਗਈ ਸੀ, ਉਸ ਤੋਂ ਬਾਅਦ ਥਾਣੇ ਗੱਲ ਵਾ ਕਿ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ, ਪਿੰਡ ਦੇ ਵਿੱਚ ਹੋਰ ਵੀ 2-3 ਸਮੇਂ ਜਗ੍ਹਾ ਦਿਖਾਈ, ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ, ਆਪ ਹੀ ਮਨਾ ਕਰ ਦਿੰਦੇ ਨੇਗੇ। ਨਹੀਂ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨੀ ਵੀ ਤੁਸੀਂ ਸਮਾਨ ਚੱਕ ਕੇ ਵਗ ਜਾਓ ਸਾਡੇ ਪਿੰਡੋਂ ਜਾਂ ਉਹ ਕਰੋ, ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ, ਉਹ ਜਿਹੜੇ ਘਰ ਚੱਕੇ ਨੇ ਉਹ ਵੀ ਸਰਪੰਚ ਨੇ ਤਾਂ ਨੀ ਚੱਕੇ ਹੈਗੇ, ਜਾਂ ਪੰਚਾਇਤ ਨੇ ਤਾਂ ਨੀ ਉਹਨਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ, ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਹਿੰਦੀ, ਜਾਂ ਥੋੜ੍ਹਾ ਜਿਹਾ ਅੱਗੇ ਨੂੰ ਹੋਣ ਵਾਸਤੇ। ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਹੈ, ਵੀਡੀਓ ਸਾਹਿਬ ਸਾਰੇ ਆਈ ਏ ਆਪਣਾ ਡਿਪਾਰਟਮੈਂਟ ਜੀ, ਜਗ੍ਹਾ ਇਹਨਾਂ ਨੂੰ 3 ਸਮੇਂ ਦਿਖਾਤੀ, ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰ ਹੀ ਨਹੀਂ, ਆਪਦੀ ਮਰਜ਼ੀ ਕਰਦੇ ਨੇ। ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਟ ਕੱਟ ਕੇ ਦਿੱਤੇ ਜਾਣ, ਇਹ ਕੋਈ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੀ ਇੱਦਾਂ ਹੀ ਬੈਠਾ ਹੈਗਾ, ਕੋਈ ਕਿਰਾਏ 'ਤੇ ਬੈਠਾ, ਕੋਈ ਕਿਵੇਂ ਬੈਠਾ ਹੈ, ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ, ਕਿਉਂਕਿ ਜੇ ਅੱਜ ਇਹਨਾਂ ਨੂੰ ਦਿੰਦੇ ਤਾਂ ਹਜੇ 6 ਮਹੀਨਿਆਂ ਤੋਂ ਆਏ ਨੇ, ਉਹ 100 ਸਾਲ ਤੋਂ ਰਹਿੰਦੇ ਨੇ, ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇ ਤੇ ਅਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ, ਕਿਉਂਕਿ ਸਾਨੂੰ ਕੱਢਣ ਦੀ ਆੜ 'ਚ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਗਈ। ਨਹੀਂ ਨਹੀਂ ਮੋਟਰ ਦਾ ਕੋਈ ਮੈਟਰ ਨਹੀਂ, ਮੋਟਰ ਉੱਥੇ ਲੱਗੀ ਹੋਈ ਸੀ, ਇਹ ਕੁੰਡੀਆਂ ਚਲਾ ਕੇ ਭਰਦੇ ਚਲਾਉਂਦੇ ਸੀ ਉਸਨੂੰ, ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜੁਰਮਾਨਾ ਤਾਂ ਪੰਚਾਇਤ ਨੂੰ ਪਊ, ਜੇ ਉਹ ਕੱਲ੍ਹ ਉਹਦੇ ਕੋਈ ਫੜਤ ਹੋ ਜਾਂਦੀ ਹੈ। ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਓ, ਪਾਣੀ ਦਾ ਪ੍ਰਬੰਧ ਜਿਵੇਂ ਮਰਜ਼ੀ ਕਰੋ, ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ, ਆਧਾਰ ਕਾਰਡ ਤਾਂ ਉਹਨਾਂ ਦੇ ਬਾਪ ਦਾਦੇ ਪਹਿਲਾਂ ਵੀ ਜਿਵੇਂ ਉਹਦੇ ਜਾਂਦੇ ਸੀ, ਉਹ ਬਣਵਾ ਲੈਂਦੇ ਨੇ ਲੋਕ, ਅੱਜ ਕੱਲ੍ਹ ਸਾਰਾ ਕੁਛ ਚੱਲਦੀ ਰਹਿੰਦਾ ਗਾ, ਸਾਨੂੰ ਪਤਾ ਹੀ ਹੈ।